ਕਿੰਨੀ ਗੰਭੀਰਤਾ ਨਾਲ, ਕਿੰਨੀ ਖੋਜ ਭਰਪੂਰ ਧੰਨ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਸਤਸੰਗ ਜੀ, ਅੱਜ ਨਿੰਦਕ ਲੋਕ, ਪੰਥ ਦੋਖੀ ਲੋਕ ਇਸ ਇਤਿਹਾਸ ਦਾ ਖੰਡਨ ਕਰਦੇ ਆ। ਜੋ ਡੂੰਘਿਆਈ, ਜੋ ਵਾਰਤਾ, ਜੋ ਬਚਨ, ਜੋ ਗੁਰੂ ਘਰ ਦੇ ਸਿਧਾਂਤ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਨਾਨਕ ਪ੍ਰਕਾਸ਼ ਵਿੱਚੋਂ ਮਿਲ ਸਕਦੇ, ਸਾਨੂੰ ਕਿਤੋਂ ਨਹੀਂ ਮਿਲਣੇ। ਇਤਿਹਾਸ ਨੂੰ ਬੜੀ ਗੰਭੀਰਤਾ ਨਾਲ, ਬੜੀ ਘੋਖ ਨਾਲ ਔਰ ਉੱਚੀ ਸੁਰਤ ਕਰਕੇ ਨਿਰਮਲ ਆਤਮਾ ਨਾਲ ਵਿਚਾਰੋ। ਪਤਾ ਲੱਗੇਗਾ ਕਿ ਇੱਕ ਇੱਕ ਉਸ ਸਮੇਂ ਦੀ ਵਾਰਤਾ ਕਿੰਨੀ ਮਿਹਨਤ ਨਾਲ ਲਿਖੀ ਗਈ ਹੈ। ਕਿਹਨੂੰ ਪਤਾ ਸੀ ਕਿ ਮਹਾਰਾਜ ਨੇ ਉੱਥੇ ਰਾਏ ਕੀਤੀ ਗੁਰੂ ਕੇ ਮਹਿਲਾਂ ਵਿੱਚ? ਕਿਹਨੂੰ ਪਤਾ, ਕਿੱਥੋਂ ਸੁਣਿਆ? ਭਾਈ ਸਾਹਿਬ ਨੇ ਲਿਖਿਆ। ਕਿਹਨੂੰ ਪਤਾ ਕੀ ਤਿਆਰੀਆਂ ਕੀਤੀਆਂ? ਸਾਰੀਆਂ ਭਾਈ ਸਾਹਿਬ ਨੇ ਲਿਖੀਆਂ। ਇੰਨੀ ਖੋਜ ਭਰਪੂਰ ਇਤਿਹਾਸ ਅੱਜ ਤੱਕ ਨਹੀਂ ਕੋਈ ਲਿਖਿਆ, ਕਿਸੇ ਤੋਂ ਨਹੀਂ ਲਿਖਿਆ ਗਿਆ। ਸੂਰਜ ਪ੍ਰਕਾਸ਼ ਵਰਗੀ ਖੋਜ ਗੁਰੂ ਘਰ ਦੀ ਹੋਰ ਕਿਸੇ ਇਤਿਹਾਸ ਵਿੱਚ ਨਹੀਂ ਹੈ, ਇਹ ਮੈਂ ਦਾਅਵੇ ਨਾਲ ਕਹਿੰਦਾ। ਗੁਰਬਾਣੀ ਤੋਂ ਬਾਅਦ ਜੋ ਗੁਰ ਇਤਿਹਾਸ, ਜੋ ਗੁਰੂ ਸਿਧਾਂਤ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹੈ, ਪਰ ਇਹ ਪੰਥ ਪ੍ਰਮਾਣਕ ਇਤਿਹਾਸ ਹੈ। ਪੰਥ ਪ੍ਰਵਾਨਿਤ ਕਿਉਂ ਹੈ? ਇਹ ਅਕਾਲ ਤਖ਼ਤ ਸਾਹਿਬ 'ਤੇ ਪ੍ਰਵਾਨ ਹੋਇਆ। ਭਾਈ ਸਾਹਿਬ, ਇਹ 14 ਪੋਥੀਆਂ ਉਦੋਂ ਹੱਥ ਲਿਖਤ ਜ਼ਿਆਦਾ ਵੀ ਸਨ, ਪਰ ਬਾਅਦ ਦੇ ਵਿੱਚ ਇਹਨਾਂ ਦੀਆਂ 14 ਪੋਥੀਆਂ ਵਿੱਚ ਛਪਾਈ ਹੋਈ ਹੈ। ਪਹਿਲੀ ਵਾਰ ਡਾਕਟਰ ਭਾਈ ਵੀਰ ਸਿੰਘ ਜੀ ਨੇ ਖਾਲਸਾ ਸਮਾਚਾਰ ਪ੍ਰੈਸ ਦੇ ਨਾਮ 'ਤੇ ਇਹਦੀਆਂ 14 ਪੋਥੀਆਂ ਛਾਪੀਆਂ, 4 ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀਆਂ, 10 ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀਆਂ। ਟਿੱਪਣੀਆਂ ਦੇ ਕੇ ਮਹਿੰਗੇ ਅਰਥ ਲਾ ਲਾ ਕੇ ਉਹਨਾਂ ਨੇ ਸਾਰੀ ਬਹੁਤ ਵੱਡੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਮੁਸ਼ਕਤ ਕੀਤੀ। ਸਾਧ ਸੰਗਤ ਜੀ, ਗੁਰਬਾਣੀ ਤੋਂ ਬਾਅਦ ਜੇ ਕੁਝ ਸਾਨੂੰ ਗੁਰੂ ਸਿਧਾਂਤਾਂ ਦੀ ਗਿਆਤ ਗਿਆਨ ਜਾਣਕਾਰੀ ਮਿਲੇਗੀ, ਗੁਰੂ ਕੇ ਬਚਨਾਂ ਦਾ ਪਤਾ ਲੱਗੇਗਾ, ਸਿੱਖੀ ਰੋ ਰੀਤਾਂ ਦਾ ਗਿਆਨ, ਉਹ ਸਾਰਾ ਇਸ ਇਤਿਹਾਸ ਵਿੱਚੋਂ ਮਿਲਣਾ। ਔਰ ਇਹ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਭੇਟਾ ਕੀਤਾ ਆਪਣੇ ਜਿਉਂਦੇ ਜੀ, ਔਰ ਅਕਾਲ ਤਖ਼ਤ ਸਾਹਿਬ ਤੋਂ ਇਹਨੂੰ ਪੰਥ ਪ੍ਰਵਾਨਿਤ ਦਾ ਹੁਕਮ ਜਾਰੀ ਹੋਇਆ ਕਿ ਇਸ ਇਤਿਹਾਸ ਦੀ ਕਥਾ ਹਰ ਇਤਿਹਾਸਕ ਗੁਰੂ ਘਰ ਵਿੱਚ ਹੋਏਗੀ, 5 ਤਖ਼ਤਾਂ 'ਤੇ ਹੋਏਗੀ ਔਰ ਸਿੱਖ ਸੰਸਥਾਵਾਂ ਵਿੱਚ ਹੋਏਗੀ, ਸਿੱਖਾਂ ਨੂੰ ਇਹ ਇਤਿਹਾਸ ਪੜ੍ਹਾਇਆ ਜਾਏਗਾ। ਇਹ ਅਕਾਲ ਤਖ਼ਤ ਸਾਹਿਬ ਦਾ ਫੈਸਲਾ। ਪੰਥ ਪ੍ਰਵਾਨਿਤ ਮਰਜ਼ਾਦਾ ਦੀ ਗੱਲ ਬੜੀ ਕਰਦੇ ਹੈ, ਪਰ ਪੰਥ ਪ੍ਰਵਾਨਿਤ ਇਤਿਹਾਸ ਦੇ ਉਲਟ ਬੜਾ ਬਕਵਾਸ ਕਰਦੇ ਹੈ। ਇਹਨਾਂ ਲੋਕਾਂ ਦੇ 2 ਚਿਹਰੇ ਹਨ, ਇਹੀ ਸਭ ਤੋਂ ਵੱਧ ਸਿੱਖਾਂ ਲਈ ਘਾਤਕ ਹਨ। ਸੋ ਭਾਈ, ਤੁਸੀਂ ਪੰਥ ਪ੍ਰਵਾਨਿਤ ਮਰਜ਼ਾਦਾ ਦੀ ਗੱਲ ਕਰਦੇ ਹੋ, ਪੰਥ ਪ੍ਰਵਾਨਿਤ ਇਤਿਹਾਸ ਦੇ ਤੁਸੀਂ ਉਲਟ ਬੋਲਦੇ ਹੋ। ਸੋ ਇਸ ਕਰਕੇ ਸਾਧ ਸਿੰਘ ਜੀ, ਇਹ ਗੱਲ ਬਹੁਤ ਖਿਆਲ ਵਿੱਚ ਰੱਖਣ ਵਾਲੀ ਹੈ। ਹੁਣ ਇਹ ਇਤਿਹਾਸ ਲਿਖਾਉਣ ਦਾ ਸਭ ਤੋਂ ਪਹਿਲਾਂ ਪੂਰਨਾ ਕਿਹਨੇ ਪਾਇਆ? ਧੰਨ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਖਡੂਰ ਸਾਹਿਬ ਬੁਲਾਇਆ, ਬਚਨ ਕੀਤਾ। ਭਾਈ ਬਾਲਾ, ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਤੂੰ ਨਾਲ ਰਿਹਾ, ਤੂੰ ਗੁਰੂ ਸਾਹਿਬ ਦੇ ਸਾਰੇ ਕੌਤਕ ਅੱਖੀ ਡਿੱਠੇ ਹੈ, ਇਹ ਸ਼ਬਦ ਆਇਆ, ਅੱਖੀ ਡਿੱਠੇ ਹੈ ਭਾਵ ਤੂੰ ਦੇਖੇ ਹੈ, ਤੂੰ ਨਾਲ ਗੁਰੂ ਦੇ ਬਚਨ ਸੁਣਿਆ, ਕਿੱਥੇ ਕੀ ਕੀ ਉਹਨਾਂ ਨੇ ਕੌਤਕ, ਕੀ ਕੀ ਬਚਨ ਕੀਤੇ, ਕਿਹੜੀ ਬਾਣੀ ਉਚਾਰੀ,
ਉਹ ਮੇਰੇ ਸਤਿਗੁਰੂ ਗੁਰੂ ਪ੍ਰੀਤਮ ਦਾ ਇਤਿਹਾਸ ਸਾਨੂੰ ਕੋਲੇ ਬੈਠ ਕੇ ਸੁਣਾ।